ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਦੇਖੀਏ ਜੀ ਇਟਲੀ ਦੀ ਸਿਚੁਏਸ਼ਨ ਫਿਰ ਦੇਖਦੇ ਜੀ ਇਟਲੀ ਦੇ ਵਿੱਚ ਅਪਡੇਟ ਕੀ ਨੇ ਅੱਜ ਇਟਲੀ ਦੇ ਵਿੱਚ ਆਜੀ 2897 ਨਵੇਂ ਕੇਸ 2897 ਨਵੇਂ ਕੇਸ 62 ਬੰਦਿਆਂ ਦੀ ਹੋਈ ਮੌਤ 18535 ਮਰੀਜ਼ ਇਟਲੀ ਦੇ ਵਿੱਚ ਹੋਇਆ ਠੀਕ ਗੱਲ ਜੇਕਰ ਪੋਜ਼ਿਟਿਵ ਮਰੀਜ਼ਾਂ ਦੀ ਕਰੀਏ ਤਾਂ ਇਟਲੀ ਦੇ ਵਿੱਚ ਅੱਜ ਵੀ 2 ਲੱਖ 10000 50 ਬੰਦੇ ਪੋਜ਼ੀਟਿਵ ਨੇ 933 ਬੰਦਾ ਆਈਸੀਯੂ ਦੇ ਵਿੱਚ 5852 ਕੋਵਿਡ ਦੇ ਸਿੰਪਟਮ ਦੇ ਨਾਲ ਹਸਪਤਾਲਾਂ ਦੇ ਵਿੱਚ ਐਡਮਿਟ ਨੇ 2 ਲੱਖ 3268 ਬੰਦਾ ਘਰਾਂ ਦੇ ਵਿੱਚ ਅੱਜ ਵੀ ਕੁਆਰੰਟਾਈਨ ਕੀਤਾ ਗਿਆ ਜੀ ਗੱਲ ਜੇ ਵੈਕਸੀਨ ਦੇ ਕਰੀ ਤਾਂ ਦੁਨੀਆ ਦੇ ਵਿੱਚ ਅੱਜ ਵੀ ਇੰਡੀਆ ਤੀਸਰੇ ਨੰਬਰ ਤੇ ਆ ਤੇ ਇਟਲੀ ਆ ਜਿਹੜਾ ਨੌਵੇਂ ਨੰਬਰ ਤੇ ਆ ਇਟਲੀ ਨੇ 3 ਕਰੋੜ 55 ਲੱਖ 78293 ਨੂੰ ਪਹਿਲਾ 1 ਕਰੋੜ 23 ਲੱਖ 37272 ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ ਜੀ ਜੇ ਅਸੀਂ ਦੇਖੀਏ ਸਭ ਤੋਂ ਵੱਧ ਕਿਹੜੇ ਏਰੀਆ ਜਿਨ੍ਹਾਂ ਦੇ ਵਿੱਚ ਕੇਸ ਆਏ ਆ ਉਹ ਆ ਜੀ ਲੋੰਬਰ ਦੀ ਜਿਸ ਵਿੱਚ 519 ਕੰਪਨੀਆਂ ਦੇ ਵਿੱਚ 388 ਸਿਚੀਲੀਆ ਦੇ ਵਿੱਚ 299 ਲਾਸਿਓ ਦੇ ਵਿੱਚ 211 ਤੇ 196 ਪੂਲੀਆ ਦੇ ਵਿੱਚ ਰਜਿਸਟਰ ਹੋਇਆ ਜੀ ਕੇਸ ਗੱਲ ਕਰੀਏ ਟੈਸਟਾਂ ਦੀ ਅੱਜ ਜਿਹੜੇ ਟੈਸਟ ਅੱਜ ਕੀਤੇ ਗਏ 226000 ਕੱਲ तकरीबन 221000 5000 ਟੈਸਟ ਦਾ ਫਰਕ ਹਰ 100 ਵਿੱਚ ਇੱਕ ਬੰਦਾ ਹਰ 100 ਟੈਸਟਾਂ ਦੇ ਵਿੱਚ ਇੱਕ ਆ ਰਿਹਾ ਸੀ 1000 ਪਿੱਛੇ 12 ਆ ਰਹੇ ਸੀ ਅੱਜ ਜਿਹੜੀ ਤਾਂ ਤਾਸੋ ਦੀ ਪੋਜ਼ਿਟਿਵਿਟੀ 1.2% ਸੀ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਟਲੀ ਦੇ ਵਿੱਚ ਇਟਲੀ ਤੋਂ ਸਾਨੂੰ ਕਾਫੀ ਸਵਾਲ ਪੁੱਛੇ ਜਾ ਰਹੇ ਨੇ ਜੇਕਰ ਅਸੀਂ ਜ਼ੋਰ ਉਪਦੀ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਹੋਵੇ ਕੀ ਸਾਨੂੰ ਅਤੇ ਟੈਸਟ ਦੀ ਲੋੜ ਆ ਕਿਸ ਹਿਸਾਬ ਦੇ ਨਾਲ ਸੀ ਕਰਨਾ ਹੁਣ ਦੱਸਦੇ ਆ ਤੁਹਾਨੂੰ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਮੂਵ ਹੋਣ ਦੇ ਲਈ ਕਿਹਨਾ ਚੀਜ਼ਾਂ ਦੀ ਲੋੜ ਆ ਦੇਖੋ ਜੇ ਅਸੀਂ ਸਭ ਤੋਂ ਪਹਿਲਾਂ ਅਸੀਂ ਗ੍ਰੀਸ ਦੀ ਗੱਲ ਕਰਾਂਗੇ ਗ੍ਰੀਸ ਦੇ ਵਿੱਚ ਜੇਕਰ ਜਾਣਾ ਹੋਵੇ ਤਾਂ ਜਿਹੜੇ ਜਿਨ੍ਹਾਂ ਬੱਚਿਆਂ ਦੀ ਉਮਰ 5 ਸਾਲ ਤੋਂ ਥੱਲੇ ਆ ਉਹਨਾਂ ਦੇ ਲਈ ਵੈਕਸੀਨ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਵੈਕਸੀਨ ਲਵਾਈਓ ਆ ਘੱਟੋ ਘੱਟ 15 ਦਿਨ ਲੰਘੇ ਹੋਣੇ ਚਾਹੀਦੇ ਆ ਡਿਪੈਂਡ ਕਰਦਾ ਕਿਹੜੀ ਆ ਫਾਈਜ਼ਰ ਲਈ 15 ਆ ਆਸਟਰਾਜ਼ੇਨਿਕਾ ਦੇ ਲਈ 12 ਆ ਅਲੱਗ ਅਲੱਗ ਜਿਹੜੀਆਂ ਇਹਨਾਂ ਦੇ ਦਿਨ ਆ ਉਨੇ ਜਿਹੜਾ ਦੂਸਰਾ ਡੋਜ਼ ਉਹ ਤੋਂ ਹੋਣੇ ਚਾਹੀਦੇ ਆ ਤੇ 72 ਘੰਟੇ ਪਹਿਲਾਂ ਜਿਹੜਾ ਪੀਸੀਆਰ ਦਾ ਜਿਹੜਾ ਟੈਕ ਟੈਸਟ ਉਹ ਜਿਹੜਾ ਤੁਮ ਨੂੰ ਨੇਗੇਟਿਵ ਹੋਣਾ ਚਾਹੀਦਾ 48 ਘੰਟੇ ਕੋਈ 48 ਘੰਟੇ ਕਹਿ ਰਿਹਾ ਕੋਈ 72 ਘੰਟੇ ਕਹਿ ਰਿਹਾ ਗਰੀਸ ਕਹਿ ਰਿਹਾ ਜੀ ਕਿ ਕੁਆਰੰਟਾਈਨ ਜਿਹੜਾ ਉੱਥੇ ਨਹੀਂ ਰਹਿਣਾ ਪੈਣਾ ਠੀਕ ਆ ਜੀ ਟੈਸਟ ਕਰਾਣਾ ਬਹੁਤ ਜ਼ਰੂਰੀ ਆ ਬਾਕੀ ਜਿਹੜੀਆਂ ਵੈਕਸੀਨਾਂ ਸਿਰਫ ਯੂਰਪ ਵੱਲੋਂ ਅਪਰੂਵ ਕੀਤੀਆਂ ਵੈਕਸੀਨਾਂ ਹੀ ਨਹੀਂ ਪਰ ਨੋਵਾ ਵਾਕਸ ਸਿਨੋਬਾਕ ਗਮਾਲਿਆ ਜੋ ਕਿ ਸਪੋਤਨੀ ਦਾ ਸਿਨੋਫਾਰਮ ਤਕਰੀਬਨ ਜਿੰਨੀਆਂ ਵੀ ਆਲੇ ਦੁਆਲੇ ਦੁਨੀਆ ਦੇ ਵਿੱਚ ਵੈਕਸੀਨਾਂ ਚੱਲ ਰਹੀਆਂ ਨੇ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਵੈਕਸੀਨਾਂ ਕਿਹਾ ਜਾ ਰਿਹਾ ਗ੍ਰੀਸ ਵਾਲੇ ਅਕਸੈਪਟ ਕਰ ਰਹੇ ਨੇ ਜੇਕਰ ਤੁਹਾਡੇ ਵੈਕਸੀਨ ਲੱਗੀਆਂ ਨੇ ਜੇਕਰ ਕੋਈ ਬੰਦਾ ਪਹਿਲਾਂ ਪੋਜ਼ੀਟਿਵ ਹੋਇਆ ਸੀ ਲਾਸਟਲੇ 9 ਮਹੀਨਿਆਂ ਦੇ ਵਿੱਚ ਤੇ ਉਹ ਕੋ ਲਾਸਟਲੇ 2 ਮਹੀਨਿਆਂ ਦੀ ਰਿਪੋਰਟ ਆ ਕਿ ਉਹ ਨੈਗੇਟਿਵ ਆ ਤੇ ਉਹ ਵੀ ਚੱਲ ਸਕਦੀ ਹੈ ਉਸ ਤੋਂ ਬਾਅਦ ਜਿਹੜੀਆਂ ਸਰਟੀਫਿਕੇਟ ਇੰਗਲਿਸ਼ ਵਿੱਚ ਡੋਚ ਦੇ ਵਿੱਚ ਫਰਾਂਸ ਇਟਾਲੀਅਨ ਤੇ ਸਪੈਨਿਸ਼ ਰਸ਼ੀਅਨ ਦੇ ਵਿੱਚ ਇਹ ਜਿਹੜੇ ਚੱਲਣੇ ਆ ਸਪੇਨ ਦੇ ਵਿੱਚ 72 ਘੰਟੇ ਪਹਿਲਾਂ ਟੈਸਟ ਕਰਾਉਣ ਦੀ ਲੋੜ ਆ ਸਵਿਸ ਦੇ ਵਿੱਚ ਜਨਤ 48 ਘੰਟੇ ਪਹਿਲਾਂ ਜਿਹੜਾ ਟੈਸਟ ਕਰਾਉਣ ਦੀ ਲੋੜ ਆ ਬੱਚੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਆ ਉਹਨਾਂ ਨੂੰ ਕਰਾਉਣ ਦੀ ਲੋੜ ਨਹੀਂ ਫਰਾਂਸ ਦੇ ਵਿੱਚ 72 ਘੰਟੇ ਪਹਿਲਾਂ ਟੈਸਟ ਕਰਵਾਉਣ ਦੀ ਲੋੜ ਆ ਤੇ ਜਿਨ੍ਹਾਂ ਬੱਚਿਆਂ ਦੀ ਉਮਰ 11 ਸਾਲ ਤੋਂ ਘੱਟ ਆ ਉਹਨਾਂ ਨੂੰ ਜਿਹੜੀ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਮਾਲਟਾ ਦੇ ਵਿੱਚ ਵੀ 72 ਘੰਟੇ ਪਹਿਲਾਂ ਹੀ ਟੈਸਟ ਕਰਵਾਉਣਾ ਉਹਨਾਂ ਨੂੰ ਵੀ ਲੋੜ ਨਹੀਂ ਹੈਗੀ ਆਸਟਰੀਆ ਦੇ ਵਿੱਚ ਆਸਟਰੀਆ ਦੇ ਵਿੱਚ ਚਾਹੀਦਾ ਵੀ ਘੱਟ ਤੋਂ ਘੱਟ 6 ਮਹੀਨੇ ਪੁਰਾਣਾ ਰਿਕਾਰਡ ਹੋਵੇ ਤੁਹਾਡੇ ਕੋਲ ਤੁਸੀਂ 6 ਮਹੀਨੇ ਪਹਿਲਾਂ ਨੈਗੇਟਿਵ ਤੋਂ ਪੋਜ਼ਿਟਿਵ ਹੋਏ ਆ ਤੇ ਉਸ ਤੋਂ ਬਾਅਦ 3 ਮਹੀਨੇ ਤੋਂ ਪੁਰਾਣੀ ਰਿਪੋਰਟ ਨਹੀਂ ਹੋਣੀ ਚਾਹੀਦੀ ਜੇਕਰ ਤੁਹਾਡੇ ਦੋ ਡੋਜ਼ ਲੱਗ ਗਏ ਨੇ ਘੱਟ ਤੋਂ ਘੱਟ ਤੁਹਾਨੂੰ 22 ਦਿਨ ਹੋ ਗਏ ਹੋਣੇ ਚਾਹੀਦੇ ਆ ਦੂਸਰੇ ਡੋਜ਼ ਤੋਂ 22ਵੇਂ ਦਿਨ ਜੇਕਰ ਤੁਸੀਂ ਜਾਣਿਆ ਆਸਟਰੀਏ ਦੇ ਵਿੱਚ ਫਿਰ ਤੁਹਾਨੂੰ ਟੈਸਟ ਨਹੀਂ ਕਰਾਉਣਾ ਪੈਣਾ ਜੇਕਰ 22 ਦਿਨ ਨਹੀਂ ਹੋਏ ਤਾਂ ਫਿਰ ਤੁਹਾਨੂੰ 72 ਘੰਟੇ ਪਹਿਲਾਂ ਟੈਸਟ ਕਰਾਉਣਾ ਪੈਣਾ ਜਾਂ ਫਿਰ 48 ਘੰਟੇ ਪਹਿਲਾਂ ਰਾਫੀ ਤੋਂ ਕਰਾਉਣਾ ਪੈਣਾ ਬੱਚਿਆਂ ਦੀ ਜਿਨ੍ਹਾਂ ਦੀ ਉਮਰ ਦਸ ਸਾਲ ਤੋਂ ਘਟਾ ਉਹਨਾਂ ਨੂੰ ਟੈਸਟ ਦੀ ਲੋੜ ਨਹੀਂ ਹੈਗੀ ਉਧਰ ਦੀ ਸਲੋਵੇਨੀਆ ਤੇ ਕਰੋਸ਼ੀਆ ਦਾ ਵੀ तकरीबन तकरीबन ਸੇਮ ਹੀ ਸੇਮ ਪ੍ਰੋਸੀਜਰ ਦੱਸਿਆ ਜਾ ਰਿਹਾ ਕਿ ਵੈਕਸੀਨ ਦੇ ਦੋ ਡੋਜ਼ ਲੱਗਣ ਤੋਂ 7 ਦਿਨਾਂ ਬਾਅਦ ਜੇਕਰ ਫਾਈਜ਼ਾ ਤਾਂ 7 ਦਿਨਾਂ ਬਾਅਦ ਮੋਦਰਨਾ ਤਾਂ 14 ਦਿਨਾਂ ਬਾਅਦ ਹੈ ਜੇ ਆਸਰਾ ਜ਼ੈਨਕਾ ਤਾਂ 21 ਦਿਨਾਂ ਬਾਅਦ ਤੁਹਾਨੂੰ ਜਿਹੜੀ ਆ ਟੈਸਟ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਇੰਨੇ ਦਿਨ ਨਹੀਂ ਹੋ ਤੁਹਾਨੂੰ ਦੂਸਰੀ ਵੈਕਸੀਨ ਲਵਾਈ ਨੂੰ ਤਾਂ ਫਿਰ ਜਿਹੜਾ ਤੁਹਾਨੂੰ ਉੱਥੇ ਜਾ ਕੇ 48 ਘੰਟੇ ਪਹਿਲਾਂ ਜਾਣ ਲੋ ਟੈਸਟ ਕਰਵਾਉਣ ਦੀ ਲੋੜ ਆ ਕਰੋਸ਼ੀਆ ਦੇ ਵਿੱਚ ਵੀ ਸਿਚੁਏਸ਼ਨ ਸੇਮ ਟੂ ਸੇਮ ਇਹੀ ਆ ਤੇ ਸਪੇਨ ਦੇ ਵਿੱਚ ਤਾਂ ਜੀ 72 ਘੰਟੇ ਪਹਿਲਾਂ ਟੈਸਟ ਕਰ ਲੈਣੇ ਕਰਵਾਉਣਾ ਹੀ ਪੈਣਾ ਜੇ ਤੁਸੀਂ ਗ੍ਰੀਸ ਦੇ ਵਿੱਚ ਜਾਣਾ ਤਾਂ ਤੁਹਾਨੂੰ ਦੂਸਰੀ ਵੈਕਸੀਨ ਨੂੰ ਲੱਗੀ ਨੂੰ 24 ਸੌਰੀ 14 ਦਿਨ ਹੋਣੇ ਚਾਹੀਦੇ ਨਹੀਂ ਤਾਂ ਤੁਹਾਨੂੰ ਜਿਹੜਾ ਉਹ ਨਹੀਂ ਅੰਦਰ ਨਹੀਂ ਜਾਣ ਦੇਣਾ ਇਟਲੀ ਦੇ ਵਿੱਚ ਇੱਕ ਹੋਰ ਅਫੇਅਰ ਦੱਸਿਆ ਜਾ ਰਿਹਾ ਸਾਹਮਣੇ ਗੱਲ ਆ ਰਹੀ ਹੈ ਕਿ ਚਾਰ ਬੰਦੇ ਆ ਜਿਹੜੇ ਚਾਰ ਬੰਦਿਆਂ ਨੂੰ ਕਿਉਂ ਟੇਬਲ ਤੇ ਬੈਠਣ ਦੀ ਜਿਹੜੀ ਗੱਲ ਆ ਸਾਹਮਣੇ ਆਈ ਹੈ ਕਿ ਕਿਉਂ ਇੱਕ ਵਾਰ ਫਿਰ ਚਾਰ ਬੰਦਿਆਂ ਦੀ ਲਿਮਟ ਸਾਹਮਣੇ ਆਈ ਹੈ ਸਰਕਾਰ ਕਹਿ ਰਹੀ ਹੈ ਕਿ ਜੀ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋ ਜਾਏ। ਪਰ ਜਿਹੜੇ ਲੋਕ ਨੇ ਇਸ ਗੱਲ ਤੋਂ ਫਿਰ ਵੀ ਪਰੇਸ਼ਾਨ ਹੋ ਰਹੇ ਨੇ ਜੀ ਅਗਲੀ ਅਗਲੇ ਵੀ ਡੇਟ ਵੱਲ ਚੱਲਦੇ ਨੇ ਜੋ ਕਿ ਆਪਣਾ ਪਾਕਿਸਤਾਨ ਦੁਆਰਾ ਜੀ ਪਾਕਿਸਤਾਨ ਨੇ ਵੀ ਆਪਣੀ ਜਿਹੜੀ ਵੈਕਸੀਨ ਜਿਸ ਦਾ ਨਾਮ ਪਾਕ ਵਕਵਾ ਇਸ ਵੈਕਸੀਨ ਨੂੰ ਪਾਕ ਵਿੱਚ ਜਾ ਸਕੇ ਜਾਂ ਸਕਦੇ ਆ ਇਸ ਵੈਕਸੀਨ ਨੂੰ ਰਜਿਸਟਰ ਕਰ ਲਿਆ ਜੀ ਜੋ ਦੱਸਿਆ ਜਾ ਰਿਹਾ ਕਿ ਉੱਥੇ ਦੇ ਜਿਹੜੇ NIHC ਦੇ ਇਸਲਾਮਾਬਾਦ ਦਾ ਜਿਹੜਾ ਉੱਥੇ ਦੇ ਨੈਸ਼ਨਲ ਹੈਲਥ ਡਿਪਾਰਟਮੈਂਟ ਆ ਜਿਹੜਾ ਉੱਥੇ ਦਾ ਤੇ ਉਹਨਾਂ ਵੱਲੋਂ ਡਾਕਟਰ ਫੈਸਲ ਸੁਲਤਾਨ ਜੀ ਨੇ ਰਜਿਸਟਰ ਕੀਤਾ ਜੋ ਉੱਥੇ ਦੇ ਹੈਲਥ ਮਨਿਸਟਰ ਨੇ ਜਿੱ ਤੱਕ ਦੇਖਣ ਦੇ ਵਿੱਚ ਆ ਰਿਹਾ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਇਸ ਇਸ ਵੈਕਸੀਨ ਨੂੰ ਚਾਈਨਾ ਦੀ ਮਦਦ ਦੇ ਨਾਲ ਬਣਾਇਆ ਤੇ ਪਾਕਿਸਤਾਨ ਦੇ ਵਿੱਚ ਇੱਕ ਹੋਰ ਵੀ ਨੋਟ ਕਰਨ ਵਾਲੀ ਗੱਲ ਹੈ ਜੀ ਉੱਥੇ ਤਕਰੀਬਨ ਜਿਹੜੀ ਮਰਨ ਵਾਲਿਆਂ ਦੀ ਰਜਿਸਟਰਡ ਗਿਣਤੀ ਆ 20850 ਹੀ ਬੰਦੇ ਨੇ ਤੇ ਟੋਟਲ ਜਿਹੜੇ ਹੁਣ ਤੱਕ ਕੇਸ ਰਜਿਸਟਰ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ 9 ਲੱਖ 72 922824 ਕੇਸ ਨੇ ਤੇ 73 ਲੱਖ ਬੰਦਿਆਂ ਨੂੰ ਵੈਕਸੀਨ ਉੱਥੇ ਲੱਗ ਚੁੱਕੀ ਆ ਤੇ ਪਾਕਿਸਤਾਨ ਨੇ ਵੀ ਇੱਕ ਬਹੁਤ ਵਧੀਆ ਸਟੈਪ ਤੇ ਚੱਕਿਆ ਜੀ ਗੱਲ ਕਰਦੇ ਹਾਂ ਜੀ ਜਰਮਾਨੀਆਂ ਦੀ ਸਰਕਾਰ ਜਿਸ ਟਾਈਮ ਕੋ ਪਾਬੰਦੀਆਂ ਲਾਦੀ ਹੈ ਜੇਕਰ ਉਹਨਾਂ ਪਾਬੰਦੀਆਂ ਉੱਤੇ ਅਸੀਂ ਖਰੇ ਨਹੀਂ ਉਤਰਦੇ ਤਾਂ ਫਿਰ ਸਾਨੂੰ ਜਰਮਾਨੇ ਵੀ ਹੋ ਸਕਦੇ ਨੇ ਇਦਾਂ ਹੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕਿ ਮਈ ਦੇ ਮਹੀਨੇ ਦੇ ਵਿੱਚ ਤਕਰੀਬਨ 27 ਲੱਖ ਬੰਦਿਆਂ ਨੂੰ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1236 ਬੰਦਿਆਂ ਨੂੰ ਜਰਮਾਨੇ ਕੀਤੇ ਗਏ ਨੇ ਜੋ ਕਿ ਘੱਟ ਨਹੀਂ ਨੇ 1237 ਅਤੀਨਾ 1236 ਦੇ ਵਿੱਚੋਂ 511 ਉਹ ਬੰਦੇ ਸੀ ਜਿਨ੍ਹਾਂ ਸਿਰ ਐਫ ਆਈ ਆਰ ਦਰਜ ਹੋਏ ਕਿਉਂਕਿ ਇਨਾ ਬੰਦੇ ਨੇ ਆਪਣੇ ਜਿਹੜੇ ਕੁਆਰੰਟਾਈਨ ਉਹਨਾਂ ਤੋਂ ਬਾਹਰ ਨਿਕਲਿਆ ਮਈ ਦੇ ਮਹੀਨੇ 'ਚ ਅੱਜ ਇਟਲੀ ਦੇ ਵਿੱਚ ਇੱਕ ਹੋਰ ਜਗ੍ਹਾ 'ਜੀ ਰੈੱਡ ਜ਼ੋਨ ਲੱਗ ਗਿਆ ਜੀ ਲੌਕਡਾਊਨ ਲਾਇਕ ਪਿੰਡ ਨੂੰ ਬੰਦ ਕੀਤਾ ਗਿਆ ਕਿਹੜਾ ਪਿੰਡ ਆ ਜੀ ਇਸ ਪਿੰਡ ਦਾ ਨਾਮ ਆ ਜੀ ਲੌਰੀਨੋ ਲੌਰੀਨੋ ਪਿੰਡ ਜੋ ਕਿ ਸਲੇਰਨੋ ਦੇ ਵਿੱਚ ਪੈ ਰਿਹਾ ਇਸ ਨੂੰ 11 ਜੂਨ ਤੱਕ ਬੰਦ ਕਰ ਦਿੱਤਾ ਗਿਆ ਜੀ ਬਾਰ ਰੈਸਟੋਰੈਂਟ ਤੇ ਜਿਹੜੀਆਂ ਨੈਗੋਥੀ ਆ ਜਿੰਨੀਆਂ ਵੀ ਦੁਕਾਨਾਂ ਨੇ ਉੱਥੇ ਬੰਦ ਕਰ ਦਿੱਤੀ ਅਗੇ ਸਿਰਫ ਰੋਜ਼ਮਰਰਾ ਦੀ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਹੀ ਖੋਲਣ ਦੀ ਇਜਾਜ਼ਤ ਦਿੱਤੀ ਜਾਊਗੀ ਬਾਕੀ ਜਿਹੜੀਆਂ ਦੁਕਾਨਾਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜੀ ਅਤੇ ਅਮਰੀਕਾ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਨਿਊਯਾਰਕ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਲਾਸਟ 24 ਮਿੰਟ 24 ਘੰਟਿਆਂ ਦੇ ਵਿੱਚ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ ਆ ਬਲੋਨੀਆ ਬਲੋਨੀਆ ਦੇ ਵਿੱਚ ਆਪਣਾ ਜਿਹੜਾ ਵੈਕਸੀਨ ਜਿਹੜਾ ਡੇਸੇ ਸ਼ੁਰੂ ਹੋਇਆ ਸੀ ਜੋਂਸਨ ਐਂਡ ਜੋਂਸਨ ਦਾ ਤੇ ਤਕਰੀਬਨ 5000 ਬੰਦਾ ਪਹੁੰਚ ਗਿਆ ਵੈਕਸੀਨ ਲਵਾਉਣ ਦੇ ਲਈ ਅਤੇ ਵੈਕਸੀਨ ਦੇ ਬਹੁਤ ਸਾਰੇ ਆਪ ਨੂੰ ਕਾਫੀ ਸਾਨੂੰ ਵੀ ਲਿਖਦੇ ਆ ਕਿ ਜਿਹੜਾ ਵੈਕਸੀਨ ਦਾ ਫਾਰਮ ਹੁੰਦਾ ਕਿਦਾਂ ਭਰੀਦਾ ਉਹਦੇ ਵਿੱਚ ਕੁਝ ਨਹੀਂ ਹੈਗਾ ਵੈਕਸੀਨ ਦੇ ਫਾਰਮ ਦੇ ਵਿੱਚ ਜਿਹੜੀਆਂ ਵੀ ਤੁਸੀਂ ਦਵਾਈਆਂ ਖਾਣੇ ਜਿਸ ਟਾਈਮ ਤੁਸੀਂ ਵੈਕਸੀਨ ਲਵਾਉਣ ਜਾਣੀ ਆ ਆਪਣੀਆਂ ਦਵਾਈਆਂ ਦਵਾਈਆਂ ਦੀਆਂ ਡੱਬੀਆਂ ਨਾਲ ਲੈ ਜਾਓ ਤਾਂ ਜੋ ਜਿਸ ਟਾਈਮ ਡਾਕਟਰ ਤੁਹਾਨੂੰ ਪੁੱਛੇ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਲਥ ਦਾ ਕੋਈ ਪ੍ਰੋਬਲਮ ਹੈ ਤਾਂ ਤੁਹਾਡੀਆਂ ਦਵਾਈਆਂ ਤੋਂ ਦੇਖ ਕੇ ਉਹ ਜਜਮੈਂਟ ਕਰ ਸਕਦੇ ਆ ਤੁਹਾਨੂੰ ਕਿਹੜੀ ਪ੍ਰੋਬਲਮ ਜਾਂ ਫਿਰ ਕਿਹੜੀ ਨਹੀਂ ਹੈਗੀ ਇਸ ਕੰਸੈਂਸੋ ਇਨਫੋਰਮੇਟਿਵ ਜਿਹੜੀ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਜਿਨ੍ਹਾਂ ਬਾਰੇ ਆਪਾਂ ਇੱਕ ਕਿਸੇ ਦਿਨ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਕਾਫੀ ਆਪਣੀ YouTube ਤੇ ਵੀਡੀਓ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਕਿ ਲੌਂਗ ਟਰਮ ਦੇ ਵਿੱਚ ਇਹਦੇ ਨਾਲ ਕੁਝ ਨੁਕਸਾਨ ਹੋ ਸਕਦਾ ਜੇ ਹੋ ਸਕਦਾ ਜਾਂ ਨਹੀਂ ਹੋ ਸਕਦਾ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਅਗਲਾ ਅਪਡੇਟ ਜੋ ਆਪਣਾ ਆ ਰਿਹਾ ਜੀ ਪਾ ਦੇਰ ਨੂੰ ਦੁਨੀਆਂ ਨੂੰ ਦੇ ਵਿਚਾਰ ਹੈ ਜਿੱਥੇ ਇੱਕ ਗੱਡੀ ਦਾ ਬੈਲੈਂਸ ਵਿਗੜਨ ਦੇ ਕਾਰਨ ਇੱਕ ਪਾਰਕ ਦੇ ਵਿੱਚ ਉਹਦੀ ਗੱਡੀ ਡਿੱਗੀ ਤੇ ਉੱਥੇ ਛੋਟਾ ਬੱਚਾ ਸੀ 3 ਸਾਲ ਦਾ ਬੱਚਾ ਜੋ ਕਿ ਉਸ ਗੱਡੀ ਦੇ ਥੱਲੇ ਆ ਗਿਆ ਜਿਹਦੇ ਨਾਲ ਉਹਦੀ ਜਿਹੜਾ ਦਾ ਹਾਲ ਤਾਂ ਬਹੁਤ ਹੀ ਜ਼ਿਆਦਾ ਗੰਭੀਰ ਆ ਬੈਰਗਮੁੰਦੇਵੇ ਹਸਪੀਟਲ ਜਿਹੜਾ ਪਾਪਾ ਜਵਾਨੀ ਉਹਦੇ ਵਿੱਚ ਉਹਨੂੰ ਲਜਾਇਆ ਗਿਆ ਤੇ ਇਸ ਟਾਈਮ ਦੱਸਿਆ ਜਾ ਰਿਹਾ ਕਿ ਸੀਰੀਅਸ ਉਸ ਬੱਚੇ ਦੀ ਉਮਰ ਬਹੁਤ ਹੀ ਜ਼ਿਆਦਾ ਸੀਰੀਅਸ ਤੇ ਉਹ ਜਿਹੜੀ ਗੱਡੀ ਚਲਾ ਰਹੀ ਇੱਕ 70 ਸਾਲ ਦੀ ਬਜ਼ੁਰਗ ਔਰਤ ਚਲਾ ਰਹੀ ਸੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਜੋ ਕਿ ਉੱਥੇ ਜਿਹੜਾ ਪਾਰਕ ਆ ਪਾਰਕ ਦੇ ਵਿੱਚ ਜਿਹੜੀਆਂ ਪੌੜੀਆਂ ਉਹਨਾਂ ਤੋਂ ਥੱਲੇ ਡਿੱਗ ਗਈ ਹੈ ਜੀ ਤੇ ਕਾਰਨ ਕੀ ਹੋਇਆ ਜਿਹੜਾ ਉਹਦਾ ਬੈਲੈਂਸ ਵਿਗੜਿਆ ਫਿਲਹਾਲ ਇਹਦਾ ਕਾਰਨ ਸਾਹਮਣੇ ਨਹੀਂ ਆਇਆ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਇੱਕ ਹੋਰ ਜਗ੍ਹਾ ਜੀ ਜਿਸ ਦਾ ਨਾਮ ਪਿੰਡ ਦਾ ਨਾਮ ਆ ਜੀ ਵਰਮੈਜ਼ੋ ਕੋਂਜ਼ੇਰੋ ਉਸ ਕਮੂਨ ਜੋ ਕਿ ਕਮੂਨੇ ਆ ਜੀ ਅਭਿਆਤੇ ਗਰਾਸੋ ਦਾ ਅਭਿਆਤੇ ਗਰਾਸੋ ਦਾ ਜੋ ਪਿੰਡ ਆ ਕਮੂਨੇ ਚ ਪੈ ਰਿਹਾ ਜੀ ਇਹਦੇ ਵਿੱਚ ਗੋਲੀਆਂ ਚੱਲੀਆਂ ਨੇ ਤਕਰੀਬਨ ਦੱਸਿਆ ਜਾ ਰਿਹਾ ਕਿ ਇੱਕ ਕਿਸਮ ਦੇ ਨਾਲ ਇੱਕ ਗੈਂਗਵਾਰ ਵੀ ਹੋ ਸਕਦੀ ਹੈ ਕਿਉਂਕਿ 150 ਬੰਦਾ ਇਸ ਵਿੱਚ ਇਨਵੋਲਵਸ ਹੈਗਾ ਤੇ ਇਸ ਗੱਲ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰ ਹੋਣ ਤੋਂ ਕੁਝ ਘੰਟੇ ਸੌਰੀ ਘੰਟੇ ਬਾਅਦ ਇੱਕ ਕੁੜੀ ਹਸਪੀਟਲ ਦੇ ਵਿੱਚ ਪਹੁੰਚਦੀ ਹੈ ਜਿਹਦੇ ਗੱਟੇ ਦੇ ਉੱਤੇ ਜ਼ਖਮ ਹੁੰਦਾ ਤੇ ਉਸ ਜ਼ਖਮ ਨੂੰ ਜਦੋਂ ਦੇਖਦੇ ਆ ਤਾਂ ਉਹਦੇ ਜਿਹੜੇ ਇੱਕ ਪਿਸਤੌਲ ਦੇ ਨਾਲ ਗੋਲੀ ਲੱਗੀ ਜਾਂਦੀ ਉਸ ਤੋਂ ਬਾਅਦ ਜਿਹੜੀ ਇਹ ਸਟੋਰੀ ਪੂਰੀ ਸਾਹਮਣੇ ਆਂਦੀ ਹੈ ਕਿ ਉੱਥੇ 150 ਬੰਦੇ ਮੌਜੂਦ ਸਨ ਜਿੱਥੇ ਗੋਲੀਆਂ ਚੱਲੀਆਂ ਕਾਰਨ ਕੀ ਹੋਇਆ ਲੜਾਈ ਦਾ ਕਾਰਨ ਕੀ ਹੈ ਫਿਲਹਾਲ ਇਹ ਸਾਹਮਣੇ ਨਹੀਂ ਹੈ ਪਰ ਜਦੋਂ ਇਹ ਸਾਹਮਣੇ ਆਦਾ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਲਾਸਟਲੀ ਅਪਡੇਟ ਵੱਲ ਚੱਲਦੇ ਹਾਂ ਜੀ ਪਰ ਇਸ ਅਪਡੇਟ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਜੀ ਕਿ ਅਸੀਂ ਨਿੱਜੀ ਤੌਰ ਤੇ ਸਾਡਾ ਕਿਸੇ ਕਿਸੇ ਨੂੰ ਵੀ ਠੀਸ ਪਹਚਾਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਅੱਜ ਕੱਲ੍ਹ ਇਟਾਲੀਨ ਖਬਰਾਂ ਦੇ ਵਿੱਚ ਇਟਾਲੀਨ ਅਖਬਾਰਾਂ ਦੇ ਵਿੱਚ ਜੋ ਟੀਵੀ 'ਚ ਖਬਰਾਂ ਆ ਰਹੀਆਂ ਉਹਨਾਂ ਦੇ ਵਿੱਚ ਇੱਕ ਪਾਕਿਸਤਾਨੀ ਭੈਣ ਜੋ ਇੱਕ ਲੜਕੀ ਜਿਸ ਦੀ ਉਮਰ 18 ਸਾਲ ਦੀ ਖਬਰ ਕਾਫੀ ਚਲਾਈ ਜਾ ਰਹੀ ਹੈ ਅਸੀਂ ਵੀ ਉਹਦੇ ਬਾਰੇ ਹਰ ਰੋਜ਼ ਤੁਹਾਨੂੰ ਅਪਡੇਟ ਦੇ ਰਹੇ ਜਿੱਦਾਂ ਜਿੱਦਾਂ ਤੁਹਾਨੂੰ ਅਖਬਾਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਸੁਣਨ ਤੋਂ ਆ ਰਿਹਾ ਇਹ ਕਿਸੇ ਇੱਕ ਵੀਰ ਨੂੰ ਸਾਡੇ ਨੂੰ ਇਦਾਂ ਲੱਗਾ ਭਲੇਖਾ ਲੱਗਾ ਕਿ ਅਸੀਂ ਜਾਣ ਬੁੱਝ ਕੇ ਜਿਹੜਾ ਟਾਰਗੇਟ ਕਰ ਰਹੇ ਅਸੀਂ ਜਾਣ ਬੁੱਝ ਕੇ ਨਹੀਂ ਟਾਰਗੇਟ ਕਰ ਰਹੇ ਜੋ ਖਬਰਾਂ ਨੇ ਉਹੀ ਅਸੀਂ ਦੱਸ ਰਹੇ ਜੋ ਅਸੀਂ ਟਰਾਂਸਲੇਸ਼ਨ ਕਰ ਰਹੇ ਸਾਡਾ ਕਿਸੇ ਦੇ ਵੀ ਮਨ ਨੂੰ ਠੇਸ ਪਹੁੰਚਾਣ ਦਾ ਇਰਾਦਾ ਨਹੀਂ ਹੈਗਾ ਹੁਣ ਜੋ ਨਵਾਂ ਅਪਡੇਟ ਇਸ ਵਾਰ ਆਇਆ ਜੀ ਇਹ ਹੈ ਕਿ 18 ਸਾਲ ਦੀ ਜਿਹੜੀ ਲੜਕੀ ਉਹਦਾ ਜਿਦਾ ਪਰਾਇਆ 16 ਸਾਲ ਦਾ ਪਰਾਇਆ ਉਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ ਜੋ ਖਬਰਾਂ ਇਸ ਟਾਈਮ ਸੁਣਦੇ ਵਿਚਾਰ ਰਹੀਆਂ ਨੇ ਉਹਨੇ ਪਹਿਲੀ ਵਾਰ ਚ ਹੀ ਇਹ ਕਬੂਲ ਕਰ ਰਿਹਾ ਕਿ ਜਿਹੜੀ ਉਹਦੀ ਭੈਣ ਆ ਉਸ ਦਾ ਕਤਲ ਕੀਤਾ ਗਿਆ ਫਿਲਹਾਲ ਇਸ ਟਾਈਮ ਲਾਸ਼ ਨਹੀਂ ਮਿਲੀ ਲੜਕੇ ਨਾ ਹੀ ਲੜਕੀ ਮਿਲੀ ਆ ਤੇ ਨਾ ਹੀ ਉਹਦੀ ਲਾਸ਼ ਮਿਲੀ ਆ ਪਰ ਉਸ ਬੱਚੇ ਦੀ ਤੇ ਜੋ ਬਿਆਨ ਆ ਰਹੇ ਨੇ ਜੋ ਖਬਰਾਂ ਦੇ ਵਿੱਚ ਲਿਖਿਆ ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਨਾਮ ਅਸੀਂ ਗੋਪਤ ਰੱਖਾਂਗੇ ਕਿਉਂਕਿ ਫਿਲਹਾਲ ਅਜੇ ਤੱਕ ਪ੍ਰੂਫ ਨਹੀਂ ਹੋਇਆ ਕਿ ਕਤਲ ਹੋਇਆ ਜਿੰਨਾ ਚਿਰ লাশ ਨਹੀਂ ਮਿਲਦੀ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਜਿਹੜੇ ਨਾਮ ਆ ਬਹੁਤ ਹੀ ਤਰੀਕੇ ਦੇ ਨਾਲ ਦੱਸੇ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਉਸ ਲੜਕੀ ਦੇ ਪਿਤਾ ਨੇ ਲੜਕੀ ਦੇ ਫਾਦਰ ਨੇ ਹੀ ਆਪਣੇ ਜ਼ੀਓ ਦੇ ਕੋਲ ਜੋ ਚਾਚਾ ਜਾਂ ਮਾਮਾ ਹੋ ਸਕਦਾ ਜਾਂ ਉਹਦਾ ਬ੍ਰਦਰ ਹੋ ਸਕਦਾ ਉਹਦੇ ਕੋਲ ਆਪਣੀ ਲੜਕੀ ਨੂੰ ਭੇਜਿਆ ਸੀ ਤੇ ਬੱਚੇ ਦੇ ਗਣ ਦੇ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਕਿ ਉਸ ਦਿਨ ਹੀ ਉਸ ਲੜਕੀ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਤਲ ਕਰਨ ਤੋਂ ਬਾਅਦ ਕਿਸੇ ਖੂਹ ਦੇ ਵਿੱਚ ਜਾਂ ਫੇ ਕਿਸੇ ਉਹ 16 ਦਾ ਜਿਹੜਾ ਸਾਲਾ ਹੁੰਦਾ ਉਹਨਾਂ ਦੇ ਵਿੱਚ ਸੱਟਿਆ ਗਿਆ ਤੇ ਇਹ ਜੋ ਦੱਸਿਆ ਜਾ ਰਿਹਾ ਕਿ ਉਸ ਦਾ ਗੁਸਤਾਲਾ ਜਿਹੜਾ ਤੇ ਗੁਸਤਾਲਾ ਲਿਪੋਵਲ ਉਹਨੂੰ ਲੈ ਕੇ ਗਏ ਸੀਗੇ ਸੜਕ ਦੇ ਉੱਤੇ ਜਿਸ ਵੇਲੇ ਹੀ ਉਸ 16 ਸਾਲ ਦੇ ਮੁੰਡੇ ਦੇ ਕੋਲ ਪੁੱਛੇ ਗਏ ਚ ਕੀਤੀ ਗਈ ਪੁੱਛਿਆ ਗਿਆ ਤਾਂ ਉਹਨੇ ਪਹਿਲੀ ਵਾਰ ਸੀ ਕਹਿ ਦਿੱਤਾ ਕਿ ਉਸ ਦੀ ਭੈਣ ਦਾ ਕਤਲ ਹੋਇਆ ਜੀ ਬਾਕੀ ਹੁਣ ਇਹ ਤਾਂ ਜਿਸ ਟਾਈਮ 10 ਤਰੀਕ ਨੂੰ ਉਸ ਲੜਕੀ ਦੇ ਪਿਤਾ ਨੇ ਇਟਲੀ ਦੇ ਵਿੱਚ ਵਾਪਸ ਆਣਾ ਫੇਰ ਹੀ ਸਾਨੂੰ ਪਤਾ ਲੱਗਣਾ ਜੀ ਗੱਲ ਕੀ ਹੋਈ ਹੈ 10 ਜੂਨ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਬਾਫ ਸਿਟਲੀ ਦੇ ਵਿੱਚ ਟਿਕਟ ਉਹਨਾਂ ਨੇ ਵਾਪਸ ਆਣਾ ਜੀ ਤੇ ਇਸ ਤੋਂ ਇਹਦੇ ਨਾਲ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਸਮਾਪਤ ਹੋਣੀਆਂ ਨੇ ਤੇ ਇੱਕ ਹੋਰ ਫੇਰ ਕਹਿੰਦੇ ਆ ਜੀ ਨਿਜੀ ਤੌਰ ਤੇ ਟਾਰਗੇਟ ਨਹੀਂ ਕੀਤਾ ਗਿਆ ਅਸੀਂ ਸਿਰਫ ਟਰਾਂਸਲੇਸ਼ਨ ਕਰ ਰਹੇ ਹਾਂ YouTube ਤੇ ਇਟਰੀ ਇਟਾਲੀਅਨ ਖਬਰਾਂ ਦੇ ਵਿੱਚ ਇਟਾਲੀਅਨ ਅਖਬਾਰਾਂ ਦੇ ਵਿੱਚ ਹਰ ਰੋਜ਼ ਤਕਰੀਬਨ ਦੂਸਰੇ ਪੇਜ ਜਾਂ ਤੀਸਰੇ ਪੇਜ ਤੇ ਇਹ ਖਬਰ ਆ ਰਹੀ ਹੈ ਸਾਡਾ ਕੰਮ ਸਿਰਫ ਟਰਾਂਸਲੇਸ਼ਨ ਕਰਨ ਦਾ ਜੀ ਬਿਲਾਂਗ ਜੀ ਨੈਕਸਟ ਅਪਡੇਟ ਦੇ ਵਿੱਚ ਹੁੰਦਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਤੁਸੀਂ ਸੁਣ ਰਹੇ ਹੋ ਇਟਾਲੀਅਨ ਖਾਹਰਾ ਕੁਲਵਿੰਦਰ ਸਿੰਘ ਨਾਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ